ਸਰੇਆ ਵਰਲਪੂਲ ਦਾ ਲੇਟੈਸਟ ਆਈਸ ਮੈਜਿਕ ਪ੍ਰੋ ਮਾਡਲ ਸਰ, ਇਸ ਮਾਡਲ ਦੇ ਵਿੱਚ ਤੁਹਾਨੂੰ ਮਿਲਦਾ 6 ਇੰਚ ਇੰਟੈਲੀ ਫਰੋਸਟ ਟੈਕਨੋਲੋਜੀ ਸਰ। ਇਹ ਜਿਹੜਾ ਮਾਡਲ ਲੇਟੈਸਟ ਮਾਡਲ ਹੈਗਾ ਜਾਂਦਾ ਹੈ ਇੰਟੈਲੀ ਸੈਂਸਰ ਔਰ ਐਡਵਾਂਸ ਮਾਈਕਰੋ ਪ੍ਰੋਸੈਸਰ ਦੇ ਨਾਲ ਸਰ। ਇਹ ਤੁਹਾਡੇ ਫਰੀਜਰ ਦੀ ਜਿਹੜੀ ਕੂਲਿੰਗ ਆ ਉਹਨੂੰ ਪਲੱਸ 0.5 ਤੋਂ ਲੈ ਕੇ ਮਾਈਨਸ 0.5 ਤੱਕ ਕੂਲਿੰਗ ਨੂੰ ਮੇਨਟੇਨ ਰੱਖਦਾ ਹੈਗਾ। ਦੂਸਰਾ ਸਰ ਇਹਦੇ ਵਿੱਚ ਮਿਲਦੀ ਹੈ ਤੁਹਾਨੂੰ ਆਟੋ ਡੀ ਫਰੋਸਟਿੰਗ, ਇਹਦੇ ਵਿੱਚ ਸਰ ਤੁਹਾਨੂੰ ਜਿਹੜਾ ਮੈਨੂਅਲ ਡੀ ਫਰੋਸਟਿੰਗ ਉਹ ਤੋਂ ਆਜ਼ਾਦੀ ਮਿਲ ਜਾਂਦੀ ਆ। ਦੂਸਰਾ ਸਰ ਆਟੋ ਡੀ ਫਰੋਸਟਿੰਗ ਦੇ ਨਾਲ ਪਾਣੀ ਵਗੈਰਾ ਵੀ ਬਿਲਕੁਲ ਨਹੀਂ ਬਹਿੰਦਾ ਹੈਗਾ। ਉਸ ਤੋਂ ਬਾਅਦ ਸਰ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਵਿੱਚ ਮਿਲਦੀ ਹੈ ਤੁਹਾਨੂੰ 12 ਦਿਨ ਦੀ ਗਾਰਡਨ ਫਰੈਸ਼ਨੈਸ, ਜਿਸ 'ਚ ਤੁਹਾਡੀ ਵੈਜੀਟੇਬਲ ਫਰੂਟ ਵਗੈਰਾ ਬਿਲਕੁਲ ਸਰ ਫਰੈਸ਼ ਰਹਿੰਦੇ ਹਨ। ਦੂਸਰਾ ਸਰ ਇਹਦੇ ਵਿੱਚ ਮਿਲਦੀ ਹੈ ਤੁਹਾਨੂੰ ਮਾਈਕਰੋ ਬਲੋਕਿੰਗ ਟੈਕਨੋਲੋਜੀ ਜੋ ਬੈਕਟੀਰੀਆ ਦੀ ਗਰੋਥ ਨਹੀਂ ਹੁੰਦੀ, ਜਿਸ ਤੁਹਾਨੂੰ 99.9% ਬੈਕਟੀਰੀਆ ਦੀ ਗਰੋਥ ਨਹੀਂ ਹੋਣ ਦਿੰਦੀ, ਠੀਕ ਆ। ਉਸ ਤੋਂ ਬਾਅਦ ਸਰ ਤੁਹਾਨੂੰ ਮੈਂ ਦੱਸਣਾ ਇਹਦੇ ਵਿੱਚ ਤੁਹਾਨੂੰ 4-in-1 ਮੋਡ ਮਿਲਦੇ ਆ, ਠੀਕ ਹੈ ਸਰ। ਫਸਟ ਵਿੱਚ ਆ ਜਾਂਦਾ ਸਰ ਫਾਸਟ ਆਈਸ, ਸੈਕਿੰਡ ਆ ਜਾਂਦਾ ਕੁਕ ਚਿਲ, ਉਸ ਤੋਂ ਬਾਅਦ ਐਵਰੀ ਡੇ, ਉਸ ਤੋਂ ਬਾਅਦ ਪਾਵਰ ਸੇਵਿੰਗ ਮੋਡ ਆ ਜਾਂਦੇ ਆ। ਉਸ ਤੋਂ ਸਰ ਜਿਹੜੇ ਮਾਡਲ ਹੈਗੇ ਆ ਇਹ ਆ ਜਾਂਦੇ 4-star ਮਾਡਲ ਪਲਾਜ਼ਮਾ ਇਨਵਰਟਰ ਟੈਕਨੋਲੋਜੀ ਦੇ ਨਾਲ ਆਉਂਦੇ ਆ, ਅਤੇ ਇਹਨਾਂ ਦੀ ਸਰ ਜਿਹੜੀ ਸਟਾਰਟਿੰਗ ਵੋਲਟੇਜ ਹੈਗੀ ਆ ਉਹ 80 ਵਾਟ ਤੋਂ ਸਟਾਰਟ ਹੁੰਦੇ ਆ। ਅਤੇ ਦੂਸਰਾ ਸਰ ਇਹਨਾਂ ਨੂੰ VDA ਸਰਟੀਫਿਕੇਟ ਮਿਲਿਆ ਹੋਇਆ ਆ, ਜਿਹਦੇ ਵਿੱਚ ਕੀ ਆ ਇਹਦੀ ਕੰਪਰੈਸਰ ਦੀ ਜਿਹੜੀ ਲਾਈਫ ਹੈਗੀ ਆ ਉਹ 25 ਸਾਲ ਹੈਗੀ ਆ, ਠੀਕ ਹੈ ਸਰ। ਉਸ ਤੋਂ ਬਾਅਦ ਸਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹਦੇ ਵਿੱਚ ਜਿਹੜਾ 4-star ਮਾਡਲ ਆ 2 variant ਦੇ ਵਿੱਚ ਆਉਂਦਾ ਹੈ, 245 liter ਔਰ 280 liter ਦੇ ਵਿੱਚ ਆਉਂਦਾ ਹੈ। ਦੂਸਰਾ ਸਰ 4-star ਮਾਡਲ, ਇਹਨਾਂ ਦੀ ਬਿਜਲੀ ਕੰਜਪਸ਼ਨ ਬਿਲਕੁਲ ਘੱਟ ਹੈ। ਇਹ ਸਰ ਇਹ ਕੰਪਲੀਟ ਪੈਕੇਜ ਦੇ ਨਾਲ ਆਈਸ ਮੈਜਿਕ ਪ੍ਰੋ ਸਰ ਵਨ ਦਾ ਲੇਟੈਸਟ ਮਾਡਲ ਆ ਰਿਹਾ।